ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪ ਜਗਦੀਪ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਅਫਜ਼ਲ ਅਹਿਸਨ ਰੰਧਾਵਾ ਦੀ ਲਿਖੀ ਕਹਾਣੀ ਹੱਕਦਾਰ। ਅੱਧੀ ਰਾਤ ਦਾ ਵੇਲਾ ਸੀ ਜਦੋਂ ਉਹਨਾਂ ਨੰਗਲ ਵਾਲੇ ਥੇ ਦੇ ਬੋਰਡ ਥੱਲੇ ਘੋੜੀ ਖਿਲਾਰ ਦਿੱਤੀ। ਪਿੱਛੇ ਬੈਠਾ ਬੰਦਾ ਛੇਤੀ ਨਾਲ ਹੇਠਾਂ ਉਤਰਿਆ ਅਤੇ ਉਹਨੇ ਪਿੰਡ ਵੱਲ ਵੇਖਿਆ ਜੋ ਰਾਤ ਦੇ ਉਸ ਵਕਤ ਵਿੱਚ ਇਸ ਤਰ੍ਹਾਂ ਚੁੱਪ ਚਾਪ ਸੀ ਜਿਵੇਂ ਉਹ ਪਿੰਡ ਵਸਦਾ ਹੀ ਨਾ ਹੋਵੇ। ਇੰਨੇ ਚਿਰ ਨੂੰ ਅਗਲਾ ਬੰਦਾ ਵੀ ਘੋੜੀ ਤੋਂ ਉਤਰਿਆ। ਉਸ ਆਪਣੀ ਬਲਮ ਥੱਲੇ ਰੱਖ ਕੇ ਘੋੜੀ ਦੇ ਗਲ ਦੁਆਲੇ ਲਪੇਟਿਆ ਰੱਸਾ ਖੋਲ੍ਹ ਕੇ ਬੋਰਡ ਦੀ ਇੱਕ ਜੜ ਨਾਲ ਬੰਨ੍ਹ ਦਿੱਤਾ। ਫਿਰ ਉਹ ਘੋੜੀ ਨੂੰ ਥਾਪੀ ਮਾਰਦਿਆਂ ਕਹਿਣ ਲੱਗਾ, ਲੈ ਬਈ ਬੰਤਾ ਸਿਆਂ, ਨੰਗਲ ਵੇਖ ਲੈ। ਬੰਤਾ ਸਿੰਘ ਹੌਲੀ ਜਿਹੀ ਹੱਸ ਕੇ ਆਖਣ ਲੱਗਾ, ਵੇਖ ਲੈਂਦੇ ਹਾਂ ਚੱਲ ਕੇ, ਪਰ ਬਹਾਦਰ ਸਿੰਘ ਘੋੜੀ ਇੱਥੇ ਇਕੱਲੀ ਰਹੂਗੀ। ਬਹਾਦਰ ਸਿੰਘ ਜਿਹੜਾ ਆਪਣਾ ਠਾਠਾ ਘੁੱਟ ਕੇ ਬੰਨੀ ਆਪਣੀ ਬਲਮ ਦੇ ਫਾਲ 'ਤੇ ਉਂਗਲੀ ਫੇਰ ਕੇ ਉਹਦੀ ਧਾਰ ਵੇਖਣ ਡਿਆ ਸੀ, ਆਖਣ ਲੱਗਾ, ਇਹਦਾ ਫਿਕਰ ਨਾ ਕਰ, ਇਹਨੂੰ ਸੱਤੇ ਹੀ ਖੈਰਾਂ ਨੇ। ਅਤੇ ਉਹ ਦੋਨੋਂ ਠਾਠੇ ਬੰਨ ਬੋਕਲਾਂ ਸਵਾਰ ਕੇ ਪਿੰਡ ਵੱਲ ਨੂੰ ਤੁਰ ਪਏ। ਬਹਾਦਰ ਸਿੰਘ ਲੰਬਾ ਚੌੜਾ ਜਵਾਨ ਸੀ ਅਤੇ ਜਿਹਦੇ ਨਾਲ ਦੀ ਡਾਂਗ ਸਾਰੇ ਮਾਝੇ ਵਿੱਚ ਕੋਈ ਨਹੀਂ ਸੀ ਮਾਰ ਸਕਦਾ। ਉਹ ਮਾਝੇ ਦਾ ਮੰਨਿਆ ਪਰਮੰਨਿਆ ਚੋਰ ਸੀ ਅਤੇ ਦਿਲ ਗੁਰਦੇ ਵਾਲਾ ਬੰਦਾ ਜੋ ਮੌਕਾ ਪੈਂਦਿਆਂ ਪੈਰ ਗੱਡ ਕੇ ਖਲੋ ਜਾਂਦਾ। ਅਤੇ ਬੰਤਾ ਸਿੰਘ ਨੇ ਅੱਧੀ ਉਮਰ ਕੌਡੀ ਖੇਡਣ ਅਤੇ ਅੱਧੀ ਜੇਲ੍ਹ ਦੀਆਂ ਰੋਟੀਆਂ ਤੋੜਨ ਵਿੱਚ ਲੰਘਾੜ ਛੱਡੀ ਸੀ। ਉਹ ਛੋਟੇ ਜਿਹੇ ਕੱਦ ਦਾ ਪਤਲਾ ਜਿਹਾ ਆਦਮੀ ਸੀ। ਚੋਰੀ ਵਿੱਚ ਉਹਨੂੰ ਵੀ ਲੋਕ ਉਸਤਾਦ ਮੰਨਦੇ ਸਨ। ਉਂਝੋ ਵੇਲਾ ਪਛਾਣਨ ਵਾਲਾ ਅਤੇ ਚਲਾਕ ਜਿਹਾ ਬੰਦਾ ਸੀ। ਅੱਜ ਉਹ 30 ਕੋਹ ਦਾ ਪੈਂਡਾ ਮਾਰ ਕੇ ਨੰਗਲ ਗੁਰਮੁਖ ਸਿੰਘ ਸਫੈਦ ਪੋਸ਼ ਦੀ ਨੁਕਰੀ ਪੋਸ਼ ਦੀ ਚਿੱਟੀ ਬਲੋਚੀ ਘੋੜੀ ਚੋਰੀ ਕਰਨ ਆਏ ਸਨ। ਸਰਦਾਰ ਗੁਰਮੁਖ ਸਿੰਘ ਸਫੈਦ ਪੋਸ਼, ਉਹਨਾਂ ਨੂੰ ਸੁਥਰੀਆਂ ਘੋੜੀਆਂ ਰੱਖਣ ਦਾ ਸ਼ੌਕ ਸੀ। ਜਵਾਨੀ ਤੋਂ ਲੈ ਕੇ ਉਸ ਸਦਾ ਹੀ ਇੱਕ ਤੋਂ ਇੱਕ ਚੰਗੀ ਘੋੜੀ ਰੱਖੀ ਸੀ। ਉਹਦੇ ਕਿੱਲੇ 'ਤੇ 3-4 ਘੋੜੀਆਂ ਤਾਂ ਸਦਾ ਹੀ ਲੋਕ ਵੇਖਦੇ ਹੁੰਦੇ ਸਨ, ਪਰ ਉੱਤੇ ਚੜ੍ਹਨ ਵਾਲਾ ਇਕੱਲਾ ਗੁਰਮੁਖ ਸਿੰਘ। ਵਾਹਿਗੁਰੂ ਨੇ ਉਹਨੂੰ ਇੱਜ਼ਤ, ਧਨ ਅਤੇ ਦੁੱਧ ਤਾਂ ਦਿੱਤਾ, ਪਰ ਪੁੱਤ ਨਾ ਦਿੱਤਾ। ਉਹਦੀ ਬਸ ਇੱਕੋ ਹੀ ਧੀ ਸੀ ਜਿਹਨੂੰ ਉਸ ਪੁੱਤਰਾਂ ਤੋਂ ਵੱਧ ਕੇ ਪਾਲਿਆ ਸੀ। ਚਿੱਟੇ ਰੰਗ ਦੀ ਉਹ ਬਲੋਚੀ ਘੋੜੀ ਮਹਾਰਾਜਾ ਕਪੂਰਥਲਾ ਦੀ ਘੋੜੀ ਦੀ ਵਛੇਰੀ ਸੀ। ਗੁਰਮੁਖ ਸਿੰਘ ਨੇ ਬੜੀਆਂ ਸਿਫਾਰਸ਼ਾਂ ਅਤੇ ਮਿੰਨਤਾਂ ਤਰਲਿਆਂ ਨਾਲ ਉਦੋਂ 8,000 ਦੀ ਲਿਆਂਦੀ ਸੀ ਜਦੋਂ ਉਹ 5 ਮਹੀਨਿਆਂ ਦੀ ਦੁੱਧ ਪੀਂਦੀ ਵਛੇਰੀ ਸੀ। ਗੁਰਮੁਖ ਸਿੰਘ ਨੇ ਉਹਨੂੰ ਮੱਖਣ, ਦੁੱਧ ਅਤੇ ਘਿਓ ਦੀਆਂ ਚੂਰੀਆਂ ਨਾਲ ਪਾਲਿਆ ਸੀ। ਉਸ ਘੋੜੀ ਲਈ ਵੱਡੇ ਵੱਡੇ ਅਫਸਰ ਅਤੇ ਕਈ ਰਾਜੇ ਗੁਰਮੁਖ ਸਿੰਘ ਨੂੰ ਮੂੰਹ ਮੰਗਿਆ ਮੁੱਲ ਦੇ ਕੇ ਥੱਕ ਗਏ, ਪਰ ਉਹ ਉਸ ਘੋੜੀ ਨੂੰ ਵੇਚਣ ਲਈ ਤਿਆਰ ਨਹੀਂ ਸੀ। ਵੇਚਣ ਕੀ, ਉਹ ਤਾਂ ਕਿਸੇ ਨੂੰ ਉਹਦੀ ਗੱਲ ਵੀ ਨਹੀਂ ਸੀ ਕਰਨ ਦਿੰਦਾ। ਦੂਰ ਦਰਾਜ ਦਿਆਂ ਚੋਰਾਂ ਯਾਰਾਂ ਦੀ ਉਹ ਘੋੜੀ ਚੁਰਾਉਣ ਦੇ ਬਥੇਰੇ ਚਾਰੇ ਮਾਰੇ, ਪਰ ਉਹ ਘੋੜੀ ਤਾਂ ਕਿਸੇ ਬੰਦੇ ਨੂੰ ਨੇੜੇ ਹੀ ਨਹੀਂ ਸੀ ਲੱਗਣ ਦਿੰਦੀ। ਅਤੇ ਸਰਦਾਰ ਗੁਰਮੁਖ ਸਿੰਘ ਕਦੀ ਕਦੀ ਬੜਾ ਆਕੜ ਕੇ ਆਖਦਾ ਹੁੰਦਾ ਸੀ, ਉੱਤੇ ਚੜ੍ਹਨਾ ਤਾਂ ਦੂਰ, ਗੈਰ ਬੰਦਾ ਤਾਂ ਉਸ ਘੋੜੀ ਨੂੰ ਲਗਾਮ ਨਹੀਂ ਦੇ ਸਕਦਾ। ਅਤੇ ਉਸ ਘੋੜੀ ਪਿੱਛੇ ਲੱਗਿਆ ਬਹਾਦਰ ਸਿੰਘ ਨੂੰ ਵੀ ਵਰਾਕ ਹੋ ਗਿਆ ਸੀ। ਉਹ ਕਈ ਵਾਰੀ ਇਕੱਲਾ ਅਤੇ ਕਈ ਵਾਰੀ ਬੰਤਾ ਸਿੰਘ ਦੇ ਨਾਲ ਉਸ ਘੋੜੀ ਦੀ ਮਾਰ 'ਤੇ ਆਇਆ, ਪਰ ਸੂਤਰ ਨਾ ਬਣਿਆ। ਇੱਕ ਵਾਰੀ ਤਾਂ ਉਸ ਘੋੜੀ ਨੂੰ ਖੋਲ੍ਹ ਵੀ ਲਿਆ ਸੀ, ਪਰ ਹਵੇਲੀ ਵਿੱਚ ਸੁੱਤੇ ਹੋਏ ਕਾਮੇ ਜਾਗ ਪਏ ਅਤੇ ਉਹਨੂੰ ਕੰਧ ਟੱਪ ਕੇ ਦੌੜਨਾ ਪੈ ਗਿਆ। ਫਿਰ ਉਹ ਸੌਂ ਖਾ ਲਈ, ਭਈ ਹੋਰ ਕੋਈ ਚੋਰੀ ਉਦੋਂ ਹੀ ਕਰਦੀ ਹੈ ਜਦੋਂ ਇਹ ਘੋੜੀ ਥੱਲੇ ਹੋਈ। ਸਾਰੇ ਰਾਹ ਉਹ ਬੰਤਾ ਸਿੰਘ ਨੂੰ ਆਖਦਾ ਆਇਆ ਸੀ, ਬੰਤਾ ਸਿੰਘ ਅੱਜ ਤਾਂ ਉਹ ਘੋੜੀ ਲੈ ਕੇ ਹੀ ਆਉਣਾ ਹੈ, ਨਹੀਂ ਤਾਂ ਪਿੰਡ ਨਹੀਂ ਵੜਨਾ। ਤਾਰਿਆਂ ਦੀ ਨਿੰਮੀ ਨਿੰਮੀ ਲੋ ਵਿੱਚ ਹੌਲੀ ਹੌਲੀ ਪੈਰ ਧਰਦੇ ਉਹ ਦੋਵੇਂ ਜਣੇ ਨੰਗਲ ਦੀ ਪਹਿਲੀ ਗਲੀ ਵਿੱਚ ਜਾ ਵੜੇ, ਜਿਹਦੇ ਆਖਰ 'ਤੇ ਇੱਕ ਬੰਨੇ ਸਰਦਾਰ ਗੁਰਮੁਖ ਸਿੰਘ ਦੀ ਹਵੇਲੀ ਦਾ ਬੂਹਾ ਅਤੇ ਦੂਜੇ ਬੰਨੇ ਸਾਹਮਣੇ ਉਹਦੇ ਘਰ ਦਾ ਬੂਹਾ ਸੀ। ਲਗਾਮ ਲਿਆਂਦੀ ਹੈ, ਬਹਾਦਰ ਸਿੰਘ ਨੇ ਨਿੰਮ ਕੇ ਬੰਤਾ ਸਿੰਘ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਆਖਿਆ। ਉਦੋਂ ਗੁਰਮੁਖ ਸਿੰਘ ਸਫੈਦ ਪੋਸ਼ ਦੀ ਹਵੇਲੀ ਦੇ ਲਹਿੰਦੇ ਪਾਸੇ ਵੱਲ ਦੀ ਕੰਧ ਕੋਲ ਖਲੋਤੇ ਸਨ। ਆਹੋ ਲਿਆਂਦੀ ਹੈ, ਬੰਤਾ ਸਿੰਘ ਨੇ ਵੀ ਹੌਲੀ ਜਿਹੀ ਜਵਾਬ ਦਿੱਤਾ। ਉਹਨਾਂ ਚਾਰ ਚੁਫੇਰੇ ਵੇਖਿਆ, ਫਿਰ ਬੜੀ ਫੁਰਤੀ ਨਾਲ ਹਵੇਲੀ ਦੀ ਕੰਧ ਟੱਪੀ। ਦੋ ਬੰਦੇ ਢਾਰੇ ਵਿੱਚ ਸੁੱਤੇ ਪਏ ਸਨ, ਖਬਰੇ ਮੱਗਰ ਦੇ ਪਾਲੇ ਕੋਲੋਂ ਬਚਣ ਲਈ। ਬੰਤਾ ਸਿੰਘ ਕਿਰਪਾਨ ਕੱਢ ਕੇ ਉਹਨਾਂ ਦੇ ਸਿਰ ਕੋਲ ਖਲੋ ਗਿਆ।
ਤੇ ਬਹਾਦਰ ਸਿੰਘ ਢਾਰੇ ਦੇ ਅਖੀਰ ਤੇ ਬੱਧੀਆਂ ਘੋੜੀਆਂ ਵੱਲ ਤੁਰ ਪਿਆ। ਕੰਧ ਨਾਲ ਉਸ ਆਪਣੀ ਬਲਮ ਖੜੀ ਕਰ ਦਿੱਤੀ। ਫਿਰ ਹਨੇਰੇ ਵਿੱਚ ਅੱਖਾਂ ਪਾੜ ਕੇ ਉਹਨੇ ਸਾਹਮਣੇ ਖੜੀਆਂ ਘੋੜੀਆਂ ਵੱਲ ਵੇਖਿਆ ਤੇ ਉਹਨੇ ਦੋਨਾਂ ਤੋਂ ਪਛਾਂ ਬੱਧੀ ਚਿੱਟੀ ਬਲੋਚੀ ਘੋੜੀ ਸਿਆਣ ਲਈ। ਉਹ ਨੀਵਾਂ ਹੋ ਕੇ ਹੌਲੀ ਹੌਲੀ ਖਿਸਕਦਾ ਘੋੜੀਆਂ ਦੇ ਪਛਾਂ ਦੀ ਲੰਘ ਕੇ ਚਿੱਟੀ ਬਲੋਚੀ ਘੋੜੀ ਦੇ ਮੂੰਹ ਕੋਲ ਅੱਪੜ ਗਿਆ। ਘੋੜੀਆਂ ਖੌਰੇ ਗੈਰ ਆਦਮੀ ਦੀ ਵਾਸ਼ਨਾ ਸੁੰਘ ਲਈ ਸੀ, ਪਰ ਬਹਾਦਰ ਸਿੰਘ ਬਿਜਲੀ ਦੀ ਫੁਰਤੀ ਨਾਲ ਉੱਠਿਆ ਤੇ ਇਸ ਤੋਂ ਪਹਿਲਾਂ ਕਿ ਘੋੜੀਆਂ ਨੂੰ ਗੱਲ ਸਮਝ ਆਉਂਦੀ ਉਹਨੇ ਬਲੋਚੀ ਘੋੜੀ ਦੀਆਂ ਨਾਸਾਂ ਘੁੱਟ ਕੇ ਫੜੀਆਂ ਤੇ ਦੂਜੇ ਹੱਥ ਨਾਲ ਉਹਨੂੰ ਲਗਾਮ ਦੇ ਦਿੱਤੀ। ਇਹ ਸਭ ਕੁਝ ਅੱਖ ਝਮਕਣ ਜਿੰਨੇ ਚਿਰ ਵਿੱਚ ਹੋ ਗਿਆ। ਬਲੋਚੀ ਘੋੜੀ ਨੂੰ ਗੱਲ ਦੀ ਸਮਝ ਤੇ ਆ ਗਈ ਹੋਵੇਗੀ, ਪਰ ਉਦੋਂ ਕੀ ਫਾਇਦਾ। ਉਹਦੇ ਮੂੰਹ ਵਿੱਚ ਤੇ ਕੰਡਿਆਂ ਵਾਲਾ ਘੜਿਆਲ ਉਹਦੀ ਸੁਰਤ ਮਾਰ ਚੁੱਕਿਆ ਸੀ। ਬਹਾਦਰ ਸਿੰਘ ਨੇ ਫਿਰ ਆਪਣੀ ਡੱਬ ਵਿੱਚੋਂ ਚਾਬੀਆਂ ਦਾ ਗੁੱਛਾ ਕੱਢਿਆ ਤੇ ਘੋੜੀ ਦੇ ਸੰਗਲ ਨੂੰ ਖੋਲ੍ਹਣ ਲੱਗ ਪਿਆ। ਆਖਰ ਇੱਕ ਚਾਬੀ ਲੱਗ ਹੀ ਗਈ। ਉਸ ਅਡੋਲ ਹੀ ਸੰਗਲ ਲਾ ਕੇ ਪਰਾਂ ਸੁੱਟ ਦਿੱਤਾ। ਫਿਰ ਉਸ ਘੋੜੀ ਦੇ ਪਿੰਡੇ ਤੇ ਪਿਆਰ ਨਾਲ ਹੱਥ ਫੇਰਿਆ। ਬੇਗਾਨਾ ਹੱਥ ਸਿਆਣ ਕੇ ਘੋੜੀ ਦਾ ਸਾਰਾ ਸਰੀਰ ਕੰਬ ਗਿਆ। ਬੰਤਾ ਸਿੰਘ ਨੇ ਭੱਜ ਕੇ ਬੂਹਾ ਖੋਲ੍ਹ ਲਿਆ। ਉਹਨਾਂ ਘੋੜੀ ਬਾਹਰ ਕੱਢੀ ਤੇ ਥੇ ਵੱਲ ਤੁਰ ਪਏ। ਵਧਾਈਆਂ ਬਈ ਬਹਾਦਰ ਸਿੰਘ ਆ, ਥੇ ਵਾਲੇ ਬੋਰਡ ਕੋਲ ਪਹੁੰਚ ਕੇ ਬੰਤਾ ਸਿੰਘ ਨੇ ਹੱਸ ਕੇ ਆਖਿਆ। ਤੂੰ ਵੀ ਵੱਧ, ਪਰ ਛੇਤੀ ਨਾਲ ਮੇਰੇ ਵਾਲੀ ਘੋੜੀ 'ਤੇ ਚੜ੍ਹ ਬੈ, ਮੈਂ ਇਸ ਚਿੱਟੀ 'ਤੇ ਚੱਲਾਂਗਾ, ਬਹਾਦਰ ਸਿੰਘ ਨੇ ਆਖਿਆ। ਬੰਤਾ ਸਿੰਘ ਨੇ ਛੇਤੀ ਨਾਲ ਘੋੜੀ ਖੋਲ੍ਹੀ ਅਤੇ ਛਾਲ ਮਾਰ ਕੇ ਚੜ੍ਹ ਗਿਆ ਅਤੇ ਉਹਨਾਂ ਘੋੜੀਆਂ ਸੜਕੇ ਪਾ ਕੇ ਭਜਾ ਦਿੱਤੀਆਂ। ਅਜੇ ਉਹ ਕੋਕ ਭਰ ਪੈਂਡਾ ਹੀ ਗਏ ਹੋਣਗੇ ਕਿ ਉਹਨਾਂ ਨੂੰ ਪਿੱਛੋਂ ਕਿਸੇ ਘੋੜੀ ਦੇ ਭੱਜੇ ਆਉਣ ਦਾ ਸ਼ੱਕ ਪਿਆ। ਉਹਨਾਂ ਜ਼ਰਾ ਘੋੜੀਆਂ ਡੱਕ ਲਈਆਂ ਅਤੇ ਖੜਾਕ ਸੁਣਿਆ। ਸੱਚੀ ਮੁੱਚੀ ਕੋਈ ਘੋੜੀ ਸਰਪਟ ਭਜਾਈ ਆਉਂਦਾ ਸੀ ਅਤੇ ਆਵਾਜ਼ ਤੋਂ ਲੱਗਦਾ ਸੀ ਜਿਵੇਂ ਘੋੜੀ ਉੱਕਾ ਹੀ ਨੇੜੇ ਹੈ। ਉਹਨਾਂ ਅੱਖੀਆਂ ਖੋਲ੍ਹ ਖੋਲ੍ਹ ਕੇ ਨੰਗਲ ਵੱਲੋਂ ਆਉਣ ਵਾਲੀ ਸੜਕ 'ਤੇ ਵੇਖਿਆ, ਪਰ ਲੱਭਾ ਕੁਝ ਨਾ। ਫਿਰ ਉਹਨਾਂ ਇੱਕ ਦੂਜੇ ਵੱਲ ਵੇਖਿਆ। ਬਹਾਦਰ ਸਿੰਘ ਆਖਣ ਲੱਗਾ, ਘੋੜੀ ਤਾਂ ਇੱਕ ਹੀ ਆਉਂਦੀ ਪਈ ਹੈ, ਪਰ ਤੂੰ ਭੱਜ ਹੀ ਚੱਲ, ਜ਼ਰਾ ਗਾਂਹ ਚੱਲ ਕੇ ਵੇਖਾਂਗੇ। ਉਹਨਾਂ ਫਿਰ ਘੋੜੀਆਂ ਨੂੰ ਅੱਡੀਆਂ ਲਾ ਦਿੱਤੀਆਂ। ਦੋਵੇਂ ਘੋੜੀਆਂ ਇੱਕ ਦੂਜੇ ਦੀ ਖਾਰ ਨਾਲ ਹਵਾ ਨਾਲੋਂ ਵੀ ਤੇਜ਼ ਭੱਜੀਆਂ ਜਾਂਦੀਆਂ ਸਨ, ਪਰ ਪਿੱਛੋਂ ਆਉਣ ਵਾਲੀ ਘੋੜੀ ਦੋਵਾਂ ਤੋਂ ਤੇਜ਼ ਸੀ। ਪੈਂਡਾ ਅਜੇ 3 ਕੋਹ ਵੀ ਨਹੀਂ ਸੀ ਮਾਰਿਆ ਕਿ ਪਿਛਲੀ ਘੋੜੀ ਬਹਾਦਰ ਸਿੰਘ ਹੋਰਾਂ ਦੇ ਨੇੜੇ ਪਹੁੰਚ ਗਈ। ਉਹਦੇ 'ਤੇ ਇੱਕ ਹੀ ਬੰਦਾ ਸੀ। ਇੱਕ ਰੱਕੜ ਜੇ ਵਿੱਚ ਅੱਪੜ ਕੇ ਉਹਨਾਂ ਘੋੜੀਆਂ ਡੱਕ ਲਈਆਂ। ਉਹ ਘੋੜੀਆਂ ਦੇ ਮੂੰਹ ਪਛਾਣ ਨੂੰ ਫੇਰ ਕੇ ਖਲੋ ਗਏ। ਆਉਣ ਵਾਲਾ ਜਿਹਦਾ ਮੂੰਹ ਠਾਠੇ ਵਿੱਚ ਲੁਕਿਆ ਹੋਇਆ ਸੀ ਅਤੇ ਪਿੰਡਾ ਵੱਡੇ ਕੰਬਲ ਦੀ ਬੁੱਕਲ ਵਿੱਚ ਉਹਨਾਂ ਦੇ ਕੋਲ ਆ ਕੇ ਖਲੋ ਗਿਆ। ਉਹਦੀ ਪਰਛੀ ਦਾ ਲੰਮਾ ਚੌੜਾ ਫਾਲ ਤਾਰਿਆਂ ਦੀ ਲੋਅ ਵਿੱਚ ਟਿਮਕਣ ਡਿਆ ਸੀ। ਬਹਾਦਰ ਸਿੰਘ ਨੇ ਪੁੱਛਣ ਵਿੱਚ ਪਹਿਲ ਕੀਤੀ, ਕਿਹੜਾ ਬਈ, ਤੂੰ ਦੱਸ ਤੂੰ ਕੌਣ ਹੈ? ਆਉਣ ਵਾਲੇ ਗੱਭਰੂ ਨੇ ਬੜੀ ਤਸੱਲੀ ਦੇ ਨਾਲ ਉਹਨੂੰ ਪੁੱਛਿਆ। ਮੈਂ ਤੇ ਕਾਲਾ ਚੋਰ ਹਾਂ। ਮੈਂ ਵੀ ਕਾਲਾ ਚੋਰ ਹਾਂ। ਜਾ ਫਿਰ ਆਪਣਾ ਰਾਹ ਫੜ, ਸਾਡਾ ਵਕਤ ਕਿਉਂ ਖਰਾਬ ਕਰਦਾ, ਬਹਾਦਰ ਸਿੰਘ ਨੇ ਰੁਖਾਈ ਨਾਲ ਆਖਿਆ। ਇਹਦੇ ਨਾਲ ਦੋ ਦੋ ਹੱਥ ਕਰ ਹੀ ਲੈਂਦੇ ਹਾਂ ਬਹਾਦਰ ਸਿੰਘਾ, ਐਵੇਂ ਪੈਂਡਾ ਖੋਟਾ ਹੋਣ ਡਿਆ ਏ, ਬੰਤਾ ਸਿੰਘ ਨੇ ਆਖਿਆ। ਮੈਂ ਵੀ ਤੁਹਾਡੇ ਨਾਲ ਦੋ ਦੋ ਹੱਥ ਹੀ ਕਰਨ ਆਇਆ ਹਾਂ। ਆਉਣ ਵਾਲੇ ਗੱਭਰੂ ਨੇ ਬਰਸ਼ੀ ਖੜੀ ਕਰਕੇ ਘੋੜੀ ਪਰਤਾ ਕੇ ਉਹਨਾਂ ਦੇ ਹੋਰ ਨੇੜੇ ਕਰ ਲਈ ਅਤੇ ਫਿਰ ਆਖਣ ਲੱਗਾ, ਭਾਵੇਂ ਇਕੱਠੇ ਵੇਖ ਲਓ ਅਤੇ ਭਾਵੇਂ ਇਕੱਲਾ ਇਕੱਲਾ, ਤੂੰ ਜਾਣਦਾ ਨਹੀਂ ਚੋਬਰਾ। ਬਹਾਦਰ ਸਿੰਘ ਨੇ ਆਪਣੀ ਡਾਂਗ ਉੱਪਰ ਹੱਥ ਫੇਰਿਆ ਜਿਹਦੇ 'ਤੇ ਉਹਨੂੰ ਬੜਾ ਮਾਣ ਸੀ। ਉਹ ਅਗਾਂਹ ਬੋਲਿਆ, ਸਾਰੇ ਮਾਝੇ ਵਿੱਚ ਮੇਰੇ ਸਾਹਮਣੇ ਕੋਈ ਨਹੀਂ ਖਲੋਂਦਾ। ਮੇਰਾ ਨਾਂ ਬਹਾਦਰ ਸਿੰਘ ਵਿਰਕ ਹੈ, ਬਹਾਦਰ ਸਿੰਘ ਵਿਰਕ। ਪਰ ਇਹ ਨਾਂ ਸੁਣ ਕੇ ਗੱਭਰੂ 'ਤੇ ਕੋਈ ਅਸਰ ਨਾ ਹੋਇਆ ਅਤੇ ਉਹ ਹੱਸ ਕੇ ਆਖਣ ਲੱਗਾ, ਫੇਰ ਕੀ ਹੋਇਆ ਜੇ ਤੂੰ ਬਹਾਦਰ ਸਿੰਘ ਵਿਰਕ ਹੈ ਤੇ, ਪਰ ਤੂੰ ਆਖਰ ਚਾਹੁੰਦਾ ਕੀ ਹੈ, ਬੰਤਾ ਸਿੰਘ ਨੇ ਉਹਦੀ ਗੱਲ ਵਿਚਕਾਰੋਂ ਹੀ ਟੋਕ ਕੇ ਪੁੱਛਿਆ। ਆ ਚਿੱਟੀ ਬਲੋਚੀ ਘੋੜੀ ਜਿਹੜੀ ਤੁਸੀਂ ਚੋਰੀ ਕਰਕੇ ਲਿਆਇਓ। ਉਹ ਬੋਲ ਹੀ ਰਿਹਾ ਸੀ ਕਿ ਬਹਾਦਰ ਸਿੰਘ ਨੇ ਉਹਦੀ ਗੱਲ ਟੋਕਦਿਆਂ ਅਤੇ ਤਿੜਦਿਆਂ ਕਿਹਾ, ਉਹ ਕਿਹੜੀ ਚਿੱਟੀ ਬਲੋਚੀ ਘੋੜੀ, ਇਹ ਤਾਂ ਹੁਣ ਮੈਥੋਂ ਅੰਗਰੇਜ਼ ਵੀ ਨਹੀਂ ਲੈ ਸਕਦੇ। ਮੈਂ ਤਾਂ ਫਿਰ ਅੱਜ ਲੈ ਕੇ ਹੀ ਜਾਵਾਂਗਾ। ਘੋੜੀਓ ਥੱਲੇ ਉੱਤਰ ਆ ਅਤੇ ਆ ਜਾ ਫਿਰ ਵੇਖ ਤਮਾਸ਼ਾ। ਇੰਨਾ ਕਹਿੰਦਿਆਂ ਬਹਾਦਰ ਸਿੰਘ ਆਪ ਵੀ ਘੋੜੀਓ ਛਾਲ ਮਾਰ ਕੇ ਉੱਤਰ ਆਇਆ ਅਤੇ ਉਹਨੇ ਬੰਤਾ ਸਿੰਘ ਨੂੰ ਕਿਹਾ,
तू विच ना आवीं, ये गभरू नूं तां मैं कल्ला ही वाधू हाँ। गभरू भी छाल मार के घोड़ी तो उतर आया ते उहने अपनी बरशी दे फाल दे पेच खोल के फाल सुट दिता ते कहण लगा, मैं कल्ली डांग नाल ही लड़ना हुन्ना, सुनिया डांग ते कदी कदी तू भी चंगी वाह लैंदा बहादुर सिंघा। बहादुर सिंह जिहड़ा बलम दा फाल लाउण डिया सी आखण लगा, जे जित जावें तां इह घोड़ी लै जावीं चन्न मखणा, चंगा लै फिर तगड़ा हो जा। इन्ना कहिंदिया उसने डांग चलाई, उधरों गभरू ने भी डांग वाही तां बहादुर सिंह नूं छेती पता लग गया कि गभरू डांग बड़ी सुथरी वाहुंदा है ते गभरू सच्ची मुची बिजली वांगू त्रिखा ते तेज सी। इंज लगदा सी जिवें उह सारी उम्र डांग वाहुण दी जाच सिखदा रहा होवे। घड़ी भर विच ही उहने बहादुर सिंह दा सज्जा गुट तोड़ दिता ते उहदी डांग भी। बहादुर सिंह ने दूजी बांह खड़ी करके आख्या, तू जित गया जवाना, तू जित गया। ते उस गुट फड़ के दर्द नाल कराउंदिया बंता सिंह नूं कहा, बंता सिंह इस घोड़ी ते हुण गभरू दा हक है, तू भी कोई हथ वेखना है भाई बंता सिंघा। गभरू ने घोड़ी ते चढ़दिया परत के बंता सिंह नूं आख्या ते बंता सिंह ने छेती नाल आख्या, नहीं नहीं गभरू आ तू लै जा घोड़ी। गभरू ने हथ वधा के बंता सिंह कोलों चिट्टी बलोची घोड़ी की लगाम फड़ ली ते घोड़ियां दे मूँह नंगल वल नूं कर ले। पर तू अपना नां नहीं दस्या जवाना, बहादुर सिंह ने कोल जाके अपना हाथ प्यार नाल उहदे पट ते रख के पुछया ते गभरू ने छेती नाल निम के अपने पट तो बहादुर सिंह दा हाथ झटक दिता ते उदों ही उहने अपना ठाहा ला दिता। बहादुर सिंह दी अखां खुल्लियां दियां खुल्लियां रह गईयां। गभरू उच्ची सारी हसया, उदों उहदी आवाज़ होर तरह की सी ते उहने आख्या, मैं गुरमुख सिंह सफेद पोश की धीआं जवानों। इन्ना कहिंदिया ही उहने घोड़ियां नूं अड्डी ला दित्ती। दोस्तों, ये सी रंधावा साहब की लिखी कहानी हकदार। उम्मीद है तुहानूं ये कहानी पसंद आई होवेगी। होर भी कहानियां सुनने लई पंजाबी साहित्यक मंच यूट्यूब चैनल सबसक्राइब कर लेना ते नाल दी नाल बैल आइकन दब लेना। फिर मिलते हैं एक नवी लिखत दे नाल, तद तक लई सत श्री अकाल।